ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ। ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਾਡਰਨ ਜ਼ਮਾਨੇ ਦਾ ਪੋਲਟਰੀ ਫਾਰਮ ਆ ਜਿਹੜਾ ਉਹ ਵਿਖਾਉਣ ਜਾ ਰਹੇ ਹਾਂ, ਜਿਹੜਾ ਨਿਊ ਟੈਕਨੀਕ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਹਦੀ ਬਿਲਡਿੰਗ ਦੀ ਤਿਆਰੀ ਹਜੇ ਚੱਲ ਰਹੀ ਹੈ। ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਬਿਲਡਿੰਗ ਦਾ ਜਿਹੜਾ ਉਹ ਨਿਰਮਾਣ ਕੀਤਾ ਜਾ ਰਿਹਾ ਹੈਗਾ, ਤਾਂ ਕਿ ਮੁਰਗੀਆਂ ਨੂੰ ਜਿਹੜਾ ਉਹ ਗਰਮੀ ਤੋਂ ਰਾਹਤ ਮਿਲ ਸਕੇ। ਗਰਮੀ ਦੇ ਮੌਸਮ ਵਿੱਚ ਹੀ ਆਪਾਂ ਨੂੰ ਪਤਾ ਹੈ ਕਿ ਮੁਰਗੀਆਂ ਦਾ ਜ਼ਿਆਦਾ ਜਿਹੜਾ ਉਹ ਨੁਕਸਾਨ ਹੁੰਦਾ। ਹਵਾ ਦੀ ਕ੍ਰੋਸਿੰਗ ਦੇ ਲਈ ਤੁਸੀਂ ਦੇਖ ਰਹੇ ਹੋ ਕਿ ਦੋਨੋਂ ਸਾਈਡ ਬਹੁਤ ਵਧੀਆ ਢੰਗ ਦੇ ਨਾਲ ਜਿਹੜੀਆਂ ਉਹ ਵਿੰਡੋ ਬਣਾਈਆਂ ਗਈਆਂ, ਤਾਂ ਕਿ ਜਿਹੜੀ ਹਵਾ ਦੀ ਕ੍ਰੋਸਿੰਗ ਉਹ ਬਹੁਤ ਅੱਛੇ ਢੰਗ ਦੇ ਨਾਲ ਹੁੰਦੀ ਰਹੇ। ਬਹੁਤ ਹੀ ਖੁੱਲ੍ਹਾ ਅਤੇ ਸ਼ਾਨਦਾਰ ਜਿਹੜੇ ਉਹ ਬਿਲਡਿੰਗ ਆ ਉਹ ਬਣਾਈ ਗਈ ਹੈ। ਬਹੁਤ ਹੀ ਘੱਟ ਖਰਚੇ ਦੇ ਵਿੱਚ ਬਿਲਡਿੰਗ ਤਿਆਰ ਹੋ ਰਹੀ ਹੈਗੀ। ਫਾਰਮ ਦੀ ਇੱਕ ਸਾਈਡ 'ਤੇ ਜਿਹੜੇ ਉਹ ਰੁੱਖ ਲਗਾਏ ਗਏ ਆ, ਤਾਂ ਕਿ ਜਿਹੜੀ ਇਹਦੀ ਛਾਂ ਦੇ ਨਾਲ ਵੀ ਕੁਛ ਫਾਰਮ ਦੇ ਅੰਦਰ ਠੰਡਕ ਰਹੇ, ਮੁਰਗੀਆਂ ਨੂੰ ਜ਼ਿਆਦਾ ਗਰਮੀ ਤੰਗ ਨਾ ਕਰੇ ਅਤੇ ਅਸੀਂ ਚੰਗੀ ਜਿਹੜੀ ਉਹ ਇਹਤੋਂ ਲਾਭ ਪ੍ਰਾਪਤ ਕਰ ਸਕੀਏ। ਤੁਸੀਂ ਦੇਖ ਰਹੇ ਹੋ ਕਿ ਹਵਾਦਾਰ ਬਿਲਡਿੰਗ ਹੈ ਜਿਹੜੀ ਉਹ ਬਣਾਈ ਗਈ ਹੈਗੀ ਪੂਰੇ ਵਧੀਆ ਤਰੀਕੇ ਦੇ ਨਾਲ, ਅਤੇ ਬਹੁਤ ਹੀ ਘੱਟ ਖਰਚਾ ਜਿਹੜਾ ਇਸ ਦੀ ਬਿਲਡਿੰਗ ਦੇ ਨਿਰਮਾਣ 'ਤੇ ਹੋਇਆਗਾ। ਬਾਹਰਲੀ ਸਾਈਡ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕੰਧ ਦੇ ਵਿੱਚ ਜਿਹੜੇ ਸਿੰਪਲ ਉਹ ਜਿਹੜੇ ਨਟ ਜਾਂ ਆਪਾਂ ਇਹਨੂੰ ਪੇਚ ਕਹਿ ਦਿੰਦੇ ਉਹ ਲਗਾਏ ਗਏ ਆ। ਇਹਨਾਂ ਪੇਚਾਂ ਦੇ ਉੱਪਰ ਹੀ ਜਿਹੜੀ ਜਾਲੀ ਨੂੰ ਉਹ ਫਿੱਟ ਕਰ ਦਿੱਤਾ ਜਾਊਗਾ। ਕੋਈ ਚਗਾਠ ਵਗੈਰਾ ਨਹੀਂ ਬਣਾਈ ਗਈ, ਇਸੇ ਨਟਾਂ ਦੇ ਵਿੱਚ ਹੀ ਜਿਹੜੇ ਉਹ ਜਾਲੀ ਨੂੰ ਫਿੱਟ ਕੀਤਾ ਜਾਊਗਾ, ਤਾਂ ਕਿ ਜਿਹੜੇ ਬਾਹਰਲੇ ਕੋਈ ਜਾਨਵਰ ਆ ਉਹ ਸਾਡੀਆਂ ਮੁਰਗੀਆਂ ਨੂੰ ਨੁਕਸਾਨ ਆ ਜਿਹੜਾ ਉਹ ਨਾ ਪਹੁੰਚਾ ਸਕਣ, ਸਾਡੀਆਂ ਮੁਰਗੀਆਂ ਸੇਫ ਰਹਿਣ। ਬਾਹਰ ਜਾਲੀ ਲਗਾ ਦਿੱਤੀ ਜਾਊਗੀ ਇਹਨਾਂ ਨਟਾਂ ਦੇ ਉੱਪਰ ਹੀ। ਬਹੁਤ ਹੀ ਘੱਟ ਖਰਚੇ ਦੇ ਨਾਲ ਸਾਡਾ ਜਿਹੜਾ ਇਹ ਫਾਰਮ ਹੈ ਇਹ ਤਿਆਰ ਹੋ ਰਿਹਾ। ਇਹਦੀ ਛੱਤ ਹੈ ਜਿਹੜੀ ਉਹ ਲੱਕੜ ਦੀ ਬਣਾਈ ਗਈ ਹੈ। ਤੁਸੀਂ ਦੇਖ ਰਹੇ ਹੋ ਕਿ ਬਾਂਸ ਦੇ ਦਾ ਇਸਤੇਮਾਲ ਆ ਜਿਹੜਾ ਉਹ ਇਹਦੇ ਵਿੱਚ ਕੀਤਾ ਗਿਆ ਗਾਡਰ ਦੇ ਉੱਪਰ। ਜਿਵੇਂ ਆਪਣੇ ਪੁਰਾਣੇ ਸਮੇਂ ਦੇ ਵਿੱਚ ਕੱਚੇ ਘਰਾਂ ਦੇ ਉੱਪਰ ਛੱਤਾਂ ਬਣਾਈਆਂ ਜਾਂਦੀਆਂ ਸੀ, ਤਕਰੀਬਨ ਉਸੇ ਢੰਗ ਦੇ ਨਾਲ ਆ ਜਿਹੜਾ ਇਸ ਫਾਰਮ ਦੀ ਜਿਹੜੀ ਛੱਤ ਬਣਾਈ ਗਈ ਹੈ। ਇਹ ਛੱਤ ਜਿਹੜੀ ਉਹ ਕਾਫੀ ਠੰਡੀ ਰਹਿੰਦੀ ਹੈ, ਜਿਹੜੀ ਉਹ ਗਰਮੀ ਦਾ ਪ੍ਰਕੋਪ ਹੈ ਮੁਰਗੀਆਂ 'ਤੇ ਘੱਟ ਅਸਰ ਕਰਦਾ ਇਸ ਛੱਤ ਦੇ ਨਾਲ। ਪਿੱਲਰ ਆ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਸਿੰਪਲ ਜਿਹੜੇ ਪਿੱਲਰ ਆ ਉਹ ਬਣਾਏ ਗਏ ਆ, ਕੋਈ ਇਹਦੇ ਵਿੱਚ ਕੰਧ ਵਗੈਰਾ ਨਹੀਂ ਕੱਢੀ ਗਈ। ਪਿੱਲਰਾਂ ਦੇ ਉੱਪਰ ਹੀ ਜਿਹੜੀ ਉਹ ਛੱਤ ਹੈ ਉਹ ਖੜੀ ਕੀਤੀ ਗਈ ਹੈਗੀ। ਇੱਕ ਖਾਸ ਸੋਧ ਆ ਜਿਹੜੀ ਇਸ ਫਾਰਮ ਦੇ ਵਿੱਚ ਕੀਤੀ ਗਈ ਹੈ, ਜਿਹੜੀ ਮੈਨੂੰ ਉਮੀਦ ਹੈ ਵੀ ਹੋਰ ਕਿਸੇ ਫਾਰਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ। ਇਹਦੇ ਵਿੱਚ ਇੱਕ ਐਡਜਸਟ ਫੈਨ ਲਗਾਇਆ ਗਿਆ। ਜਿਵੇਂ ਜਿਵੇਂ ਹੀ ਫਾਰਮ ਦੇ ਵਿੱਚ ਹੀਟ ਵਧੂਗੀ ਤਾਂ ਜਿਹੜੇ ਐਡਜਸਟ ਫੈਨ ਨੇਗੇ ਉਹ ਹਵਾ ਨੂੰ ਉੱਪਰ ਖਿੱਚਣਗੇ, ਖਿੱਚਦੇ ਰਹਿਣਗੇ ਲਗਾਤਾਰ, ਜਿਹਦੇ ਨਾਲ ਫਾਰਮ ਦੇ ਵਿੱਚ ਠੰਡਕ ਬਣੀ ਰਹੂਗੀ। ਕਾਫੀ ਸਾਰੇ ਐਡਜਸਟ ਫੈਨ ਆ ਜਿਹੜੇ ਉਹ ਛੱਤ 'ਚ ਲਗਾਏ ਗਏ ਹੈਗੇ। ਸਾਨੂੰ ਉਮੀਦ ਹੈ ਦੋਸਤੋ ਕਿ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ। ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਕੇ ਆਪਣੇ ਸੁਝਾਅ ਦਿਓ ਕਿ ਇਸ ਫਾਰਮ ਦੇ ਵਿੱਚ ਅਸੀਂ ਕੀ ਹੋਰ ਸੁਧਾਰ ਕਰ ਸਕਦੇ ਹਾਂ, ਤੁਹਾਨੂੰ ਇਹ ਫਾਰਮ ਕਿੱਦਾਂ ਦਾ ਲੱਗਿਆ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਤਾਂ ਕਿ ਕੋਈ ਕਿਸਾਨ ਵੀਰ ਅਗਰ ਨਵਾਂ ਪੋਲਟਰੀ ਫਾਰਮ ਬਣਾਉਣਾ ਚਾਹੁੰਦਾ ਹੈ ਤਾਂ ਉਹ ਇਸ ਬਿਲਡਿੰਗ ਤੋਂ ਕੁਛ ਆਪਣੇ ਫਾਰਮ ਦੇ ਵਿੱਚ ਸੁਧਾਰ ਕਰ ਸਕੇ ਅਤੇ ਜਿਹੜਾ ਆਪਣੇ ਉਹ ਖਰਚੇ ਦੀ ਬੱਚਤ ਕਰ ਸਕੇ। ਬਹੁਤ ਹੀ ਘੱਟ ਖਰਚੇ ਨਾਲ ਜਿਹੜਾ ਫਾਰਮ ਤਿਆਰ ਕੀਤਾ ਗਿਆ ਇਹ ਦੋਸਤੋ ਮੀਟ ਪ੍ਰਾਪਤ ਕਰਨ ਵਾਲੀਆਂ ਮੁਰਗੀਆਂ ਲਈ ਇਹ ਫਾਰਮ ਤਿਆਰ ਕੀਤਾ ਗਿਆ, ਮੀਟ ਦੀ ਪੈਦਾਵਾਰ ਲਈ ਇਹਨੂੰ ਫਾਰਮ ਨੂੰ ਬਣਾਇਆ ਜਾ ਰਿਹਾ ਹੈਗਾ। ਧੰਨਵਾਦ ਮੇਰੇ ਦੋਸਤੋ।